ਮੈਨੂੰ ਕਹਿਣ ਲੱਗ ਬਾਈ ਦਾ ਫੋਨ ਆਇਆ, ਬਾਈ ਮੈਨੂੰ ਕਹਿੰਦਾ ਡੀਜੇ ਵਾਲਾ ਕੰਮ ਵਧੀਆ ਚੱਲਦਾ ਲੱਗਦਾ, ਕਹਿੰਦਾ ਜਿਹੜੇ ਵਲੌਗ ਨਹੀਂ ਬਣਾਉਂਦਾ। ਐਂ ਜੇ ਹੁੰਦਾ ਵੀ ਬਾਈ ਜੀ ਕੌਲੀ ਕਰ ਚਾਹੀਦੀ, ਹੁੰਦਾ ਤਾਂ ਕੁਛ ਨਹੀਂ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਾ ਠੀਕ ਠਾਕ ਹੋ ਬਾਈ ਜੀ? ਵਲੌਗਾਂ ਨੂੰ ਟਾਈਮ ਹੀ ਹੋ ਗਿਆ ਬਾਈ ਜੀ, ਸਦੀਆਂ ਹੀ ਹੋ ਗਈਆਂ। ਲੋਡ ਲੈ ਕੇ ਚੱਲੇ ਹਾਂ ਐਡਮਿੰਟਨ ਨੂੰ ਬਾਈ ਜੀ, ਵਿਹਣੀ ਪੈਗਾ ਮੈਂ ਯਾਰਡ 'ਚ ਆਇਆ ਹੁਣੇ। ਬੱਦਲ ਜੇ ਹੋਏ ਪਏ ਆ, ਮੀਂਹ ਦਾ ਮੌਸਮ ਆ। ਮੈਨੂੰ ਲੱਗਦਾ 3-4 ਮਹੀਨਿਆਂ ਬਾਅਦ 'ਚੋਂ ਮੈਂ ਵਲੌਗ ਬਣਾਉਣ ਲੱਗਿਆ। ਅੱਜ ਮੈਸੇਜ ਵੀ ਵਾਹਵਾ ਆਏ ਪਏ ਸੀ ਅਤੇ ਉਹ ਗੱਲਾਂ ਵੀ ਵਾਹਵਾ ਇਕੱਠੀਆਂ ਹੋਈਆਂ ਪਈਆਂ ਸੀ ਕਰਨ ਵਾਲੀਆਂ। ਇੱਕ ਮੈਂ ਮਾੜਾ ਜਿਹਾ ਤੁਹਾਨੂੰ ਦੱਸ ਦਿਆਂ ਵੀ ਆਪਾਂ ਰਿਐਲਟਰ ਬਣ ਗਏ ਬਾਈ ਜੀ। ਮੈਨੂੰ ਜਦੋਂ ਕਿਸੇ ਨੂੰ ਦੱਸਦਾ ਰਿਐਲਟਰ ਦਾ, ਮੈਨੂੰ ਚੇਤਾ ਜਾਂਦਾ ਮੇਰਾ ਆੜੀ ਆਇਆ ਸੀਗਾ ਮੋਲਾ, ਉਹ ਬਰੈਂਪਟਨ ਤੋਂ ਆਏ ਸੀ, ਘੁੰਮਣ ਫਿਰਨ ਗਏ ਹੋਏ ਸੀ। ਅਤੇ ਉਹ ਕਹਿੰਦਾ, ਮੈਂ ਕਿਹਾ ਪਾਸ ਹੋ ਗਏ ਟੈਸਟ 'ਚ, ਕਹਿੰਦਾ ਹੁਣ ਗੱਡੀ 'ਤੇ ਲਿਖਾ ਦੇ ਯਾਰ ਤੇਰਾ ਰਿਟੇਲਰ, ਰਿਐਲਟਰ ਵੀ ਨਹੀਂ ਰਿਟੇਲਰ। ਉਹਦੀ ਗੱਲ ਚੇਤੇ ਆ ਜਾਂਦੀ ਹੈ, ਟਾਇਰ ਟੂਰ ਤਾਂ ਓਕੇ ਲੱਗ ਰਹੇ ਆ। ਹੋਰ ਬਾਈ ਜੀ, ਦੋਈ ਸੈੱਟ ਆ। ਮੈਨੂੰ ਮੈਸੇਜ ਮੂਸੇਜ ਆਏ ਬਾਈ ਹੁਣਾਂ ਦੇ, ਬਾਈ ਕਹਿੰਦੇ ਬਾਈ ਸੰਨਿਆਸ ਹੀ ਲੈ ਗਿਆ। ਇੱਕ ਤਾਂ ਬਾਈ ਜੀ ਆਹ ਹੀ ਜਿਵੇਂ ਤੁਹਾਨੂੰ ਦੱਸਿਆ ਨਾ, ਮੈਂ ਕਰੀ ਜਾਂਦਾ ਸੀ ਤਿਆਰੀ ਜੀ ਰਿਐਲਟਰ ਵਾਲੇ ਦੀ, ਉਹ ਕੰਮ ਤਾਂ ਬੜਾ ਵੱਡਾ ਨਹੀਂ ਗਾ, ਮੈਂ ਟਾਈਮ ਹੀ ਬੜਾ ਲਾਤਾ। ਜਿਨ੍ਹਾਂ ਨੇ ਲਾਇਸੈਂਸ ਲਿਆ ਵਾ ਰਿਐਲਟਰ ਦਾ, ਜਾਂ ਜਿਹੜੇ ਬੰਦੇ ਕਰ ਰਹੇ ਆ ਇਹ ਕੰਮ ਹੈ ਨਾ, ਇੱਧਰ ਨੂੰ ਸੋਚ ਰਹੇ ਆ, ਉਹਨਾਂ ਨੂੰ ਤਾਂ ਪਤਾ ਹੋਣਾ ਵੀ 16 ਕੁ ਮਹੀਨਿਆਂ ਦਾ ਕੋਰਸ ਜਿਹਾ ਹੁੰਦਾ ਵਾ, ਅਤੇ ਮੇਰਾ ਆਹ ਅਕਤੂਬਰ 'ਚ ਐਕਸਪਾਇਰ ਹੋ ਜਾਣਾ ਸੀਗਾ ਕੋਰਸ, ਵੀ 16 ਮਹੀਨਿਆਂ ਦੇ ਵਿੱਚ ਆਪਾਂ ਨਿਬੇੜਨਾ ਹੁੰਦਾ, 1.5 ਸਾਲ ਦੇ ਵਿੱਚ ਵਿੱਚ, 1.5 ਸਾਲ ਦੇ ਵਿੱਚ ਵਿੱਚ ਨਹੀਂ, 16 ਮਹੀਨੇ ਹੁੰਦੇ ਆ, 1.5 ਸਾਲ ਤਾਂ 18 ਮਹੀਨੇ ਹੋ ਗਏ ਹੈ ਨਾ, 16 ਮਹੀਨਿਆਂ ਦੇ ਵਿੱਚ ਨਿਬੇੜਨਾ ਸੀਗਾ ਅਤੇ ਮੇਰਾ ਅਕਤੂਬਰ 'ਚ ਹੋ ਜਾਣਾ ਐਕਸਪਾਇਰ, ਅਤੇ ਹੁਣ ਅਗਸਤ ਚੱਲ ਰਿਹਾ, ਅਗਸਤ ਸਤੰਬਰ ਅਕਤੂਬਰ, ਜਾਣੀ ਲਾ ਲਓ ਤੁਸੀਂ ਮੈਂ 14 ਮਹੀਨੇ ਲਾ ਦੇ ਕਰ ਦੇਣੇ, ਛੇਤੀ ਹੋ ਸਕਦਾ, ਪਰ ਮੈਂ ਜਾਣੀ ਵੀ ਕੰਮ 'ਤੇ ਹੁੰਦਾ ਸੀਗਾ ਹੈ ਨਾ, ਵੀ ਕੰਮ ਤੋਂ ਛੁੱਟੀ ਛੱਟੀ ਵੀ ਨਹੀਂ ਕੀਤੀ, ਇਹਦੇ ਕਰਕੇ ਪੇਪਰ ਪੂਪਰ ਦੇਣ ਨੂੰ ਹੀ ਛੁੱਟੀਆਂ ਛੁੱਟੀਆਂ ਕੀਤੀਆਂ ਜਿਹੜੀਆਂ ਕੀਤੀਆਂ, ਵੀ ਕੰਮ ਨਹੀਂ ਛੱਡਿਆ, ਅਤੇ ਇੱਕ ਮੈਂ ਬਾਹਲੀ ਖਿੱਚ ਜਿਹੀ ਕੀਤੀ ਵੀ ਹੌਲੀ ਹੌਲੀ ਲੱਗੇ ਰਹੇ, ਚਲੋ ਨਿਬੇੜ ਲਿਆ। ਹੁਣ ਸਟੱਡੀ ਡਨ ਹੋ ਗਈ ਮੇਰੀ, ਵੈਸੇ ਮਾੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦੇ 3 ਕੋਰਸ ਸੀਗੇ ਬਾਈ ਜੀ, 4 ਹੁੰਦੇ ਆ ਟੋਟਲ, 3 ਸੀਗੇ ਵੀ ਆਪਾਂ ਬੁੱਕਸ ਪੜ੍ਹ ਕੇ ਅਤੇ ਉਹਦਾ ਟੈਸਟ ਦੇਣਾ ਹੁੰਦਾ ਹੈ ਨਾ, ਅਤੇ 100 'ਚੋਂ ਆਪਾਂ ਨੂੰ 70 ਸਹੀ ਚਾਹੀਦੇ ਹੁੰਦੇ ਆ, 100 'ਚੋਂ 70% ਚਾਹੀਦੇ ਹੁੰਦੇ, ਮਤਲਬ 50 ਕੁਸਚਨ ਆਏ ਆ ਜੇ, ਅਤੇ ਉਹਦੇ 'ਚੋਂ ਆਪਾਂ ਨੂੰ 35 ਸਹੀ ਚਾਹੀਦੇ ਆ। ਪਹਿਲੀ ਵਾਰੀ ਮੈਂ ਫੇਲ ਹੋ ਗਿਆ, ਪਹਿਲਾ ਟੈਸਟ ਭਰਿਆ ਮੈਂ ਉਹੀ ਲੈ ਗਿਆ, ਮੈਂ ਕਿਹਾ ਤਾਂ ਉਹੀ ਹੋ ਜਾਣਾ ਵੀ ਕੋਈ ਚੱਕਰ ਵਾਲੀ ਗੱਲ ਨਹੀਂ, ਅਤੇ ਮੈਂ ਬਿਨਾਂ ਪੜ੍ਹੀ ਟੈਸਟ ਦੇਤਾ ਪਹਿਲਾਂ, ਅਤੇ ਉਹ ਮੈਂ ਫੇਲ ਹੋ ਗਿਆ। ਫਿਰ ਮੈਂ ਪਹਿਲਾ ਦੁਬਾਰਾ ਦਿੱਤਾ, ਪਾਸ ਹੋ ਗਿਆ, ਫਿਰ ਦੂਜਾ ਵੀ ਪਹਿਲੀ ਵਾਰੀ ਪਾਸ ਹੋ ਗਿਆ, ਤੀਜਾ ਵੀ ਪਹਿਲੀ ਵਾਰੀ ਪਾਸ ਹੋ ਗਿਆ, ਅਤੇ ਚੌਥਾ ਤਾਂ ਚਲੋ ਸੀਗਾ ਹੀ, ਵੀ ਉਹ 2 ਦਿਨ ਦੀਆਂ ਕਲਾਸਾਂ ਜਿਹੀਆਂ ਹੁੰਦੀਆਂ, ਉਹ ਥੋੜ੍ਹਾ ਜਿਹਾ ਸਿਖਾਉਂਦੇ ਹੁੰਦੇ ਵੀ ਐਂ ਐਂ ਕਰਨਾ, ਕੀ ਅਤੇ ਕੀ ਪਿਆ ਅਤੇ ਕੀ ਅਤੇ ਕੀ ਪਿਆ, ਅਤੇ ਉਹ ਹੋ ਗਿਆ ਚਲੋ। ਅਤੇ ਹੁਣ ਹਫ਼ਤਾ ਹੋ ਗਿਆ ਬਾਈ, ਹਫ਼ਤਾ ਕਿਉਂ ਯਾਰ, ਹਾਂ ਹਫ਼ਤਾ ਹੋ ਗਿਆ ਚੌਥਾ ਕੋਰਸ ਕੀਤੇ ਨੂੰ, ਚੌਥੀ ਕਲਾਸਾਂ ਲਾਈਆਂ ਨੂੰ, ਅਤੇ ਹੁਣ ਬਾਅਦ ਲਾਇਸੈਂਸ ਅਪਲਾਈ ਹੋ ਜਾਣਾ, ਅਤੇ 1 ਮਹੀਨੇ ਕੁ ਤੱਕ ਲਾਇਸੈਂਸ ਆ ਜੂਗਾ। ਅਤੇ ਜੇ ਤੁਹਾਨੂੰ ਕਿਸੇ ਨੂੰ ਘਰ ਕੁਰ ਜੇ ਕਿਸੇ ਨੇ ਲੈਣਾ ਵੀ ਨਹੀਂ ਪੈ ਗਿਆ ਮੈਨੀਟੋਬਾ ਏਰੀਆ, ਤਾਂ ਤੁਸੀਂ ਉਹ ਵੀ ਦੱਸ ਦਿਓ, ਉੱਧਰ ਨੂੰ ਵੀ ਹੋ ਜਾਂਦੇ ਹੁਣ ਆਪਾਂ। ਅਤੇ ਵਲੌਗ ਵਲੂਗ ਮੈਂ ਤਾਂ ਹੀ ਨਹੀਂ ਬਣਾਏ ਬਾਈ ਜੀ, ਉੱਧਰ ਨੂੰ ਸੀਗਾ ਥੋੜ੍ਹਾ ਜਿਹਾ ਧਿਆਨ। ਵੈਸੇ ਮੈਂ ਉਹ ਕਰਦਾ ਹੁੰਦਾ ਸੀਗਾ ਜਦੋਂ ਮੈਂ ਲਾਇਸੈਂਸ ਸ਼ੁਰੂ ਕੀਤਾ ਸੀਗਾ, ਉਦੋਂ ਮੈਂ ਸ਼ੋਟ ਲਏ ਸੀਗੇ ਵੀ ਹੁਣ ਮੈਂ ਸ਼ੁਰੂ ਕੀਤਾ ਨਾ, ਐਂ ਚੱਲ ਰਿਹਾ ਐਂ ਚੱਲ ਰਿਹਾ, ਉਹ ਜੇ ਮੈਨੂੰ ਲੱਭ ਗਈਆਂ ਕਿਤੇ ਪਈਆਂ ਕਲਿੱਪਾਂ ਕਲਿੱਪਸ, ਤਾਂ ਮੈਂ ਉਹ ਪਾ ਦੂੰਗਾ ਵਿੱਚ ਇਹਦੇ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਠੀਕ ਠਾਕ ਹੋ ਬਾਈ ਜੀ? ਵੈਸੇ ਆ ਵਲੌਗ ਤੁਹਾਡੇ ਤੱਕ ਬਹੁਤ ਲੇਟ ਆਇਆ ਹੋਣਾ, ਹੋ ਸਕਦਾ, ਪਤਾ ਨਹੀਂ ਹੁਣ ਮੈਨੂੰ ਕਿੰਨਾ ਕੁ ਟਾਈਮ ਲੱਗੂਗਾ, ਕਿਉਂਕਿ
ਅੱਜ ਆਪਣਾ ਰੀਅਲ ਇਸਟੇਟ ਦੇ ਲਾਇਸੈਂਸ ਦਾ ਪਹਿਲਾ ਟੈਸਟ ਆ। ਪੰਡਿਤ ਜੀ ਦਾ ਫੋਨ ਆ ਗਿਆ। ਹੈਲੋ, ਹਾਂਜੀ ਬਾਈ ਜੀ। ਹਾਂਜੀ ਬਾਈ ਜੀ, ਕਿਵੇਂ ਆ? ਵੈਰੀ ਨਾਈਸ। ਪੇਪਰ ਕਿੰਨੇ ਵਜੇ ਆ ਛੋੜਾ? ਪੇਪਰ 1 ਵਜੇ। 1 ਵਜੇ? ਇਹ ਤਾਂ ਬਾਅਦ 'ਚ ਮਿਲਦੇ ਹਾਂ ਨਾ। ਹਾਂ, ਮੈਂ ਬਸ ਚੱਲਿਆ ਵਾਂ, ਘਰੋਂ ਨਿਕਲਣ ਲੱਗਿਆ ਗੇਰਾ। ਚੱਲ ਫਿਰ ਤਾਂ ਗੁੱਡ ਲੱਕ ਆ ਤੈਨੂੰ ਬਾਲਾ ਬਾਲਾ। ਯੈਸ ਯੈਸ, ਕਿੱਥੇ ਆ? ਪੰਡਿਤ ਜੀ ਦਾ ਫੋਨ ਆ ਗਿਆ ਸੀ ਬਾਈ ਜੀ, ਤੇ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਅੱਜ ਆਪਣਾ ਹੈਗਾ ਰੀਅਲ ਇਸਟੇਟ ਦੇ ਲਾਇਸੈਂਸ ਦਾ ਪਹਿਲਾ ਟੈਸਟ। ਇਹਦੇ ਟੋਟਲ 4 ਮਤਲਬ ਮੋਡਿਊਲ ਹੁੰਦੇ ਆ, 3 ਦੇ ਪੇਪਰ ਹੁੰਦੇ ਆ ਤੇ 1 ਲਾਸਟ ਦੇ ਕਲਾਸ ਹੀ ਹੁੰਦੀ ਆ। ਉਹਦਾ ਹਜੇ ਮੈਨੂੰ ਪਤਾ ਨਹੀਂ, ਪਰ ਪਹਿਲਾ ਮੋਡਿਊਲ ਹੈਗਾ ਜਿਹੜਾ ਉਹਦਾ ਆਪਾਂ ਪੜ੍ਹ ਲਿਆ ਤੇ ਉਹਦਾ ਪੇਪਰ ਦੇਣ ਜਾ ਰਹੇ ਹਾਂ। ਆਹ ਪਈ ਆ ਬੁੱਕ, ਇਹ ਮਤਲਬ ਖਾਸੀ ਮੋਟੀ ਆ ਬੁੱਕ ਜੀ ਵੈਸੇ। ਇਹ ਵਾਹ ਦੇਖੋ ਇੰਨੀ ਸਾਰੀ। ਇਹ ਬੁੱਕ ਦੀਆਂ 6 ਯੂਨਿਟਾਂ ਵਾ, ਪਹਿਲੇ ਮੋਡਿਊਲ ਦੀਆਂ 6 ਯੂਨਿਟਾਂ ਵਾ, ਅਤੇ 6 ਯੂਨਿਟਾਂ ਦੇ ਵਿੱਚੋਂ ਪੇਪਰ ਆਉਣਾ ਵਾ। 100-70% ਸਹੀ ਚਾਹੀਦੇ ਆ ਮੈਨੂੰ ਪਾਸ ਹੋਣ ਵਾਸਤੇ, ਅਤੇ ਜਦੋਂ ਮੈਂ ਪਹਿਲਾਂ ਪਾਸ ਕਰ ਲਿਆ ਫਿਰ ਮੈਂ ਦੂਜਾ ਕਰੂੰਗਾ, ਤੀਜਾ ਕਰੂੰਗਾ, ਚੌਥਾ। ਉਹ ਤੁਹਾਨੂੰ ਮੈਂ ਅੱਗੇ ਸਾਰੀ ਜਰਨੀ ਦੱਸੀ ਜਾਊਂਗਾ ਵੀ ਮੇਰੀ ਕਿਵੇਂ ਰਹੀ ਆ। ਅਤੇ ਕੋਰਸ ਲੈ ਲਿਆ ਸੀਗਾ ਮੈਂ ਬਾਈ ਜੀ, ਜਿੱਦਾਂ ਹੁੰਦੇ ਤਾਂ ਤੁਹਾਨੂੰ ਪਤਾ ਮੈਂ ਟਰੱਕ 'ਤੇ ਹੀ ਹੁੰਦਾ ਹੈ ਨਾ, ਅਤੇ ਉਹ ਟਰੱਕ 'ਤੇ ਜਦੋਂ ਕਈ ਵਾਰੀ ਟਾਈਮ ਹੁੰਦਾ ਸੀਗਾ ਕਿ ਮੈਨੂੰ ਉੱਦਾਂ ਵੀ ਸੀਗਾ ਯਾਰ ਕਰੀਏ ਕੁਛ ਹੋਰ ਨਾਲ ਨਾਲ, ਵੀ ਟਰੱਕ ਦਾ ਚਲੋ ਆਪਾਂ ਚਲਾਈ ਜਾਂਦੇ ਹਾਂ ਵੀ ਜਿਹੜੀ ਚੀਜ਼ ਆਪਾਂ ਕਰ ਸਕਦੇ ਨਾਲ ਨਾਲ ਉਹ ਕਰੀ ਚੱਲੀਏ। ਅਤੇ ਫਿਰ ਮੈਨੂੰ ਇਹ ਲੱਗਿਆ ਵੀ ਆਪਾਂ ਰੀਅਲ ਸਟੇਟ ਦਾ ਕਰ ਸਕਦੇ ਨਾ, ਅਤੇ ਮੈਂ ਕੋਰਸ 'ਚ ਮਤਲਬ ਇਨਰੋਲ ਕਰ ਲਿਆ ਸੀਗਾ। ਹੋ ਗਿਆ ਅੱਜ ਤੋਂ ਮੈਨੂੰ ਲੱਗਾ 2 ਕੁ ਮਹੀਨੇ ਹੋ ਗਏ ਹੋਣਗੇ, 1.5-2 ਮਹੀਨੇ ਹੋ ਗਏ ਹੋਣਗੇ, ਅਤੇ ਮੈਂ ਨਾਲ ਨਾਲ ਪੜ੍ਹੀ ਗਿਆ। ਜਦੋਂ ਟਾਈਮ ਲੱਗਦਾ ਸੀਗਾ ਜਿਵੇਂ ਘਰ ਹੁੰਦੇ ਸੀਗੇ ਉਦੋਂ ਪੜ੍ਹ ਲਿਆ, ਜਾਂ ਟਰੱਕ 'ਤੇ ਕਦੇ ਸੌਣਾ ਵਾ ਉਦੋਂ ਅੱਧਾ ਘੰਟਾ ਘੰਟਾ ਪਹਿਲਾਂ ਪੜ੍ਹ ਲਿਆ ਹੈ ਨਾ, ਉਦੋਂ ਐਂ ਪੜ੍ਹੀ ਪੁੜੀ ਗਿਆ। ਗੱਡੀਆਂ ਆ ਰਹੀਆਂ, ਟ੍ਰੈਫਿਕ ਬਹੁਤ ਜ਼ਿਆਦਾ ਆ, ਅਤੇ ਆਹ ਜਿਵੇਂ ਵਧੀਆ ਵਾ ਇਹਨਾਂ ਨੇ ਆਹ ਲਾਸਟ 'ਤੇ ਕੁਸ਼ਚਨ ਦਿੱਤੇ ਸੀ ਪ੍ਰੈਕਟਿਸ ਕਰਨ ਵਾਸਤੇ ਹਰੇਕ ਮੋਡਿਊਲ ਦੇ ਨਾਲ, ਜਿਵੇਂ ਮੈਂ ਤਿਆਰੀ ਤੁਹਾਨੂੰ ਦਿਖਾਵਾਂ ਵੀ ਐਂ ਕੀਤੀ ਆ ਵਿੱਚੋਂ ਲੱਭ ਲੱਭ ਕੇ। ਗੱਡੀਆਂ ਹਜੇ ਤਾਂ ਆਈ ਜਾਂਦੀਆਂ, ਆਹ ਦੇਖੋ, ਅਤੇ ਉਹਦੇ ਐਂ ਲੱਭ ਲੁੱਭ ਕੇ ਮਤਲਬ ਬਾਅਦ 'ਚੋਂ ਲਿਖੀ ਲੁਖੀ ਗਿਆ ਵਾਹ ਵਾਹ ਕੁਛ ਵੀ। ਐਂ ਨਹੀਂ ਗਾ ਵੀ ਲੰਡੂ ਹੀ ਕੰਮ ਆ, ਮੈਂ ਆਪਾਂ ਜਿਵੇਂ ਤੁਹਾਨੂੰ ਸਿੱਧੀ ਜਿਹੀ ਗੱਲ ਇਹ ਦੱਸਦਾ ਵੀ ਐਂ ਨਹੀਂ ਗਾ ਵੀ ਬਸ 13 ਰੋਲ ਕਰ ਲਓ ਅਤੇ ਸੌਖਾ ਹੀ ਆ ਕੰਮ, ਸੌਖਾ ਕੰਮ ਵੀ ਨਹੀਂ ਗਾ, ਪਰ ਬਾਹਲਾ ਜ਼ਿਆਦਾ ਔਖਾ ਵੀ ਨਹੀਂ ਗਾ। ਮਤਲਬ ਮੇਰੇ ਕਹਿਣ ਦਾ ਵੀ ਟਾਈਮ ਦੇਣਾ ਪੈਂਦਾ ਚੀਜ਼ ਨੂੰ, ਸਮਝ ਆ ਜਾਂਦੀ ਆ ਹੌਲੀ ਹੌਲੀ। ਅਤੇ ਬਾਕੀ ਪੇਪਰ ਦੇਣ ਤੋਂ ਬਾਅਦ 'ਚੋਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਵੀ ਕੀ ਹਿਸਾਬ ਹੋਇਆ, ਕਿਵੇਂ ਦਾ ਹੋਇਆ ਅਤੇ ਕੀ ਬਣਿਆ। ਇਹ ਵੀਡੀਓ ਮੈਨੂੰ ਲੱਗਦਾ ਆਪਣੀ ਵਾਹਵਾ ਲੰਮੀ ਬਣੂੰਗੀ, ਜਿਵੇਂ 3-4 ਮਹੀਨਿਆਂ 'ਚ ਮੈਨੂੰ ਲੱਗਦਾ ਪੂਰੀ ਹੋਊਗੀ, ਕਿਉਂਕਿ ਫੁੱਲ ਟਾਈਮ ਇੱਥੋਂ ਦਿੱਤਾ ਜਾਂਦਾ ਨਹੀਂ, ਨਹੀਂ ਤਾਂ ਬੰਦਾ ਐਂ ਕਰਦਾ ਵੀ 2 ਹਫ਼ਤੇ ਘਰ ਹੀ ਆ ਨਾ ਪੜ੍ਹ ਕੇ, ਅਤੇ ਪੜ੍ਹਨ ਤੋਂ ਬਾਅਦ 'ਚੋਂ ਛੇਤੀ ਛੇਤੀ ਪੇਪਰ ਦੇ ਜਾਂਦਾ। ਆਪਾਂ ਨਾ ਆਪਾਂ ਮਤਲਬ ਆਪਣਾ ਕੰਮ ਵੀ ਨਾਲ ਨਾਲ ਕੰਟੀਨਿਊ ਰੱਖਿਆ, ਕੰਮ ਨੂੰ ਨਹੀਂ ਉਹ ਵੀ ਉੱਧਰੋਂ ਛੁੱਟੀਆਂ ਛਾਟੀਆਂ ਨਹੀਂ ਬਾਹਲੀਆਂ ਕੀਤੀਆਂ ਇਹਦੇ ਕਰਕੇ, ਇਹ ਤਾਂ ਆਪਾਂ ਨਾਲ ਨਾਲ ਕਰੀ ਜਾਂਦੇ ਹਾਂ। ਅਤੇ ਜੇ ਹੁਣ ਤੁਸੀਂ ਇਹ ਵੀਡੀਓ ਦੇਖ ਰਹੇ ਹਾਂ, ਮਤਲਬ ਮੈਂ ਤਾਂ ਹੀ ਪਾ ਰਿਹਾ ਵਾ ਵੀ ਮੇਰਾ ਲਾਇਸੈਂਸ ਬਣ ਗਿਆ, ਮੈਂ ਲਾਇਸੈਂਸ ਲੈ ਲਿਆ। ਅਤੇ ਹੁਣ ਜੇ ਤੁਹਾਨੂੰ ਕਿਸੇ ਨੂੰ ਬਈ ਘਰ ਲੈਣ ਦੀ ਲੋੜ ਆ, ਵੇਚਣ ਦੀ ਲੋੜ ਆ, ਜਾਂ ਕੋਈ ਵੀ ਕੋਈ ਸਲਾਹ ਕਰਨੀ ਹੈ ਨਾ ਗੱਲਬਾਤ, ਆਏ ਨਹੀਂ ਆਪਾਂ ਕਹਿੰਦੇ ਵੀ ਮੈਥੋਂ ਹੀ ਲਿਓ। ਮੈਂ ਤਾਂ ਹਜੇ ਦੇਖੋ ਮੈਂ ਕਦੋਂ ਦੀ ਗੱਲ ਕਰ ਰਿਹਾ ਵੀ ਆਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ, ਪਤਾ ਨਹੀਂ ਹੁਣ ਮੈਂ ਕਦੋਂ ਲਾਇਸੈਂਸ ਬਣਾਊਂਗਾ, ਪਰ ਜੇ ਤੁਹਾਨੂੰ ਲੋੜ ਹੋਈ ਤਾਂ ਤੁਸੀਂ ਕੰਟੈਕਟ ਕਰਿਓ ਬਾਈ ਜੀ 2269357040। ਲਾਇਸੈਂਸ ਅਜੇ ਪਹਿਲਾਂ ਪੇਪਰ ਦੇਣ ਚੱਲਿਆ, ਨੰਬਰ ਲੋਕਾਂ ਨੂੰ ਪਹਿਲਾਂ ਹੀ ਦੇਈ ਜਾਂਦਾ, ਪਰ ਚਲੋ। ਅਤੇ ਤੁਸੀਂ ਵੀ ਜਿਹੜੇ ਬੰਦੇ ਬਈ ਕੁਛ ਕਰ ਸਕਦੇ ਆ, ਹੈ ਨਾ, ਵੀ ਜਿਹਨਾਂ ਨੂੰ ਲੱਗਦਾ ਵਾ ਵੀ ਪੜ੍ਹ ਲਾਂਗੇ ਜਾਂ ਕਰ ਲਾਂਗੇ, ਜ਼ਰੂਰ ਇਹੋ ਜਿਹੀਆਂ ਚੀਜ਼ਾਂ ਕਰ ਲਓ ਨਾਲ ਨਾਲ, ਵਧੀਆ ਵਾ ਯਾਰ। ਕੰਮ ਕਰਨਾ ਨਹੀਂ ਕਰਨਾ ਅਲੱਗ ਗੱਲਾਂ ਵਾ,
ਘੱਟ ਕਰਨਾ ਵੱਧ ਕਰਨਾ ਉਹ ਅਲੱਗ ਗੱਲਾਂ, ਪਰ ਬੰਦੇ ਨੂੰ ਨੌਲੇਜ ਬਹੁਤ ਹੋ ਜਾਂਦੀ ਹੈ ਬਾਈ ਜੀ। ਇੱਕ ਹੋਰ ਇਹ ਚੀਜ਼ ਹੋ ਜਾਂਦੀ ਹੈ ਬਾਈ ਜੀ, ਜਦੋਂ ਬੰਦਾ ਵਿਹਲਾ ਹੁੰਦਾ ਵਾ ਨਾ, ਉਦੋਂ ਜਿਹਦੇ ਕੋਲ ਕੁਛ ਕਰਨ ਨੂੰ ਹੈਗਾ ਵਾ ਬੰਦਾ ਸਹੀ ਪਾਸੇ ਲੱਗਿਆ ਰਹਿੰਦਾ। ਜੇ ਹੁਣ ਵਿਹਲੇ ਹਾਂ ਅਤੇ ਘਰੇ ਕਰਨ ਨੂੰ ਕੁਛ ਨਹੀਂ, ਫਿਰ ਤੁਹਾਨੂੰ ਪਤਾ ਵੀ ਦਿਮਾਗ 'ਚ ਕਿਹੋ ਜਿਹੀਆਂ ਗੱਲਾਂ ਆਉਂਦੀਆਂ, ਵਾਧੂ ਘਾਟੂ, ਬੰਦਾ ਕਦੇ ਉਹ ਕਰੂ ਉਹ ਕਰੂ, ਹੈ ਨਾ, ਮਤਲਬ ਫਿਰ ਪੁੱਠੇ ਪਾਸੇ ਨੂੰ ਦਿਮਾਗ ਚੱਲ ਪੈਂਦਾ। ਇਦੋਂ ਬੰਦਾ ਇਹੋ ਜਿਹੀ ਚੀਜ਼ ਕਰੀ ਜਾਵੇ, ਕੋਈ ਸਰਟੀਫਿਕੇਸ਼ਨ ਲੈ ਲਈ, ਕੋਈ ਕੁਛ ਕਰ ਲਿਆ, ਕੋਈ ਕੁਛ ਕਰ ਲਿਆ, ਵੀ ਉਹ ਜਿਹੀਆਂ ਚੀਜ਼ਾਂ ਕਰੀ ਜਾਵੇ, ਵਧੀਆ ਵਧੀਆ ਬੰਦਾ ਆਪਦੇ ਆਪ ਨੂੰ ਗਰੋ ਕਰੀ ਜਾਵੇ, ਆਪਦੇ ਆਪ 'ਤੇ ਟਾਈਮ ਇਨਵੈਸਟ ਕਰੀ ਜਾਵੇ, ਉਹ ਵਧੀਆ ਚੀਜ਼ ਆ। ਸਤਿ ਸ਼੍ਰੀ ਅਕਾਲ। ਉਹ ਸਾਹਮਣੇ ਜਾਣਾ ਬਾਈ ਜੀ ਆਪਾਂ, ਜਿੱਥੇ ਆਪਣਾ ਪੇਪਰ ਆ, ਅਤੇ ਅੱਧਾ ਘੰਟਾ ਰਹਿ ਗਿਆ ਪੇਪਰ ਸ਼ੁਰੂ ਹੋਣ 'ਚ, ਅਤੇ ਮੈਨੂੰ ਡਰ ਵੀ ਨਹੀਂ ਲੱਗ ਰਿਹਾ, ਕੁਛ ਨਹੀਂ ਲੱਗ ਰਿਹਾ, ਮੈਨੂੰ ਐਂ ਫੀਲਿੰਗ ਆ ਰਹੀ ਹੈ ਜਿਵੇਂ ਮੈਨੂੰ ਫੀਲਿੰਗ ਆਉਂਦੀ ਸੀਗੀ ਜਦੋਂ ਮੈਂ ਟਰੱਕ ਦਾ ਪੇਪਰ ਦੇਣਾ ਸੀ, ਜਦੋਂ ਮੈਂ ਕਲਾਸ 1 ਦਾ ਲਾਇਸੈਂਸ ਬਣਾਉਣਾ ਸੀ, ਉਦੋਂ ਮੈਨੂੰ ਆਹ ਫੀਲਿੰਗ ਜੀ ਆ ਰਹੀ ਸੀਗੀ, ਐਂ ਜੇ ਕੀ ਬਣੂੰਗਾ, ਕੀ ਹੋਊਗਾ, ਹੈ ਨਾ। ਆਪਦੇ ਨੂੰ ਆਪਾਂ ਤਿਆਰੀ ਤਿਉਰੀ ਕੀਤੀ ਆ, ਕੋਈ ਚੱਕਰ ਵਾਲੀ ਗੱਲ ਨਹੀਂ। ਵੈਸੇ ਹੁਣ ਤਾਂ ਉਹ ਹੁੰਦਾ ਵੀ ਨਹੀਂ, ਵੀ ਨਿੱਕੇ ਹੁੰਦੇ ਹੁੰਦਾ ਸੀ ਯਾਰ ਐਂ ਨਾ ਹੋ ਜੇ, ਐਂ ਨਾ ਹੁੰਦੇ, ਹੁਣ ਤਾਂ ਚਲੋ ਕਹੀ ਤਾਂ ਚੱਲ ਕੋਈ ਚੱਕਰ ਨਹੀਂ, ਹੈ ਨਾ, ਹੁਣ ਥੋੜ੍ਹਾ ਜਿਹਾ ਹੋਰ ਹੋ ਗਈਆਂ ਗੱਲਾਂ। ਪਰ ਮੈਂ ਐਂ ਸੋਚ ਰਿਹਾ ਵਾਂ ਵੀ ਜਿਹੜੇ ਡਿਸੀਜਨ ਬੰਦਾ ਲੈਂਦਾ, ਜਿਵੇਂ ਹੁਣ ਆਪਾਂ ਚਲੋ ਮੈਂ ਰੀਅਲਟਰ ਦੇ ਲਾਇਸੈਂਸ ਦਾ ਡਿਸੀਜਨ ਲਿਆ, ਵੀ ਇਹਨੇ ਪਤਾ ਨਹੀਂ ਕਿਵੇਂ ਲਾਈਫ ਨੂੰ ਚੇਂਜ ਕਰ ਦੇਣਾ, ਹੈ ਨਾ, ਵੀ ਬੰਦੇ ਦੇ ਡਿਸੀਜ਼ਨ ਨਿੱਕੇ ਨਿੱਕੇ ਇਹ ਹੀ ਹੁੰਦੇ ਆ, ਵੀ ਪਤਾ ਨਹੀਂ ਹੁਣ ਇਹਨੇ ਕਿੱਧਰ ਨੂੰ ਅੱਗੇ ਫਿਊਚਰ 'ਚ ਲੈ ਜਾਣਾ ਮੈਨੂੰ ਜਾਂ ਮੇਰੇ ਨਾਲ ਦੇ ਜੋ ਵੀ ਹੈਗੇ ਆ ਸਾਰੇ, ਵੀ ਜਿਹੜੇ ਬੰਦੇ ਮੇਰੇ ਨਾਲ ਜੁੜੇ ਆ ਉਹਨਾਂ ਦੀ ਲਾਈਫ ਨੂੰ ਵੀ ਇਹ ਚੀਜ਼ ਕਿਵੇਂ ਅਫੈਕਟ ਕਰੂਗੀ, ਹੈ ਨਾ, ਦੇਖੋ ਕਿਵੇਂ ਕਰੂਗੀ। ਚੱਲੀਏ, ਸਤਿ ਸ਼੍ਰੀ ਅਕਾਲ, ਗੁੱਡ ਲੱਕ ਕਹਿ ਦਿਓ ਮੈਨੂੰ ਤੁਸੀਂ ਸਾਰੇ ਜਾਣੇ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ, ਕਹਿ ਦਿਓ ਕਹਿ ਦਿਓ। ਅਤੇ ਬਾਕੀ ਟਰੱਕਾਂ ਵਾਲੇ ਵਲੋਗ ਜਿਹੜੇ ਬੰਦੇ ਦੇਖਦੇ ਹੁੰਦੇ ਆ, ਮਤਲਬ ਜਿਹਨਾਂ ਨੂੰ ਵਧੀਆ ਲੱਗਦੇ ਆ, ਉਹ ਹੁਣ ਮੈਂ ਟਰਾਈ ਕਰੂੰਗਾ, ਫਿਰ ਆਪਾਂ ਰੈਗੂਲਰ ਥੋੜ੍ਹੇ ਜਿਹੇ ਬਣਾਇਆ ਕਰੀਏ। ਅਤੇ ਇੱਕ ਕੰਮ ਡੀ ਜੇ ਵਾਲਾ ਵੀ ਕਰਦੇ ਹਾਂ ਨਾ, ਤੁਹਾਨੂੰ ਪਤਾ ਬਾਈ ਜੀ, ਜਿਹਨਾਂ ਨੂੰ ਪਤਾ, ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਿੰਦੇ ਵੀ ਉੱਧਰ ਵੀ ਵੀਕਐਂਡ 'ਤੇ ਬਿਜ਼ੀ ਹੋਈ ਹੁੰਦੇ ਆ ਤਕਰੀਬਨ ਕੰਮ ਜਿਹਾ, ਆਹ ਮਹੀਨਿਆਂ 'ਚ ਗਰਮੀ ਜਿਹੀ 'ਚ ਜਾਣੀ ਠੀਕ ਚੱਲ ਰਿਹਾ, ਅਤੇ ਉਹਦੇ ਕਰਕੇ ਫਿਰ ਟਾਈਮ ਜਿਹਾ ਘੱਟ ਹੀ ਐਂ ਹੁੰਦਾ ਵੀ, ਸਮਝਦੇ ਆ, ਤਾਂ ਕਰਕੇ ਥੋੜ੍ਹਾ ਜਿਹਾ ਉੱਧਰ ਬਿਜ਼ੀ ਸੀ, ਤਾਂ ਕਰਕੇ ਨਹੀਂ ਬਣਾਏ ਬਣਾਏ ਵਲੌਗ। ਅਤੇ ਹੁਣ ਮੈਂ ਸਮਾਨ ਰੱਖਤਾ ਫਰਿੱਜ 'ਚ ਬਾਈ ਜੀ, ਡੱਬੇ ਰੱਖਤੇ ਆ, ਅਤੇ ਆ ਰੋਟੀਆਂ, ਅਤੇ ਆ ਪ੍ਰੋਟੀਨ ਪਾਊਡਰ ਪਿਆ। ਭਰਾਵਾ ਮੈਂ ਡਿਟੇਲਿੰਗ ਕਰਾਈ ਟਰੱਕ ਦੀ, ਬਾਈ ਕਹਿੰਦਾ ਯਾਰ ਡੋਡੇ ਫਰਿੱਜ 'ਚ ਹੀ ਰੱਖੀ ਬੈਠਾ, ਮੈਂ ਕਿਹਾ ਭਰਾਵਾ ਪ੍ਰੋਟੀਨ। ਓਏ ਰਹਿਣ ਦੇ ਰਹਿਣ ਦੇ ਰਹਿਣ ਦੇ, ਹਜੇ ਮੌਸਮ ਨਹੀਂ ਬਣਿਆ ਸੀਗਾ, ਰਹਿਣ ਦੇ। ਅੱਛਾ ਸਟੇਟ ਚਾਹੀਦੇ ਆਪਦੀ ਵੀ ਬਾਈ ਜੀ, ਹੋ ਗਿਆ ਉਤਰਲੀ ਲਾਈਨ 'ਚ ਆਪਾਂ ਹੀ ਸਿਆਣਾ। ਹੋਰ ਬਾਈ ਜੀ ਤੁਸੀਂ ਸੁਣਾਓ ਕੋਈ ਗੱਲਬਾਤ ਕਮੈਂਟਾਂ ਕਮੁੰਟਾਂ 'ਚ। ਐਕਣਾ ਬਾਈ ਜੀ ਮੈਨੂੰ ਬਾਈ ਕਹਿੰਦਾ, ਉਈ ਮੈਨੂੰ ਮਿਲਿਆ ਸੀਗਾ ਪਰਸਨਲੀ, ਜਾਣਦਾ ਬਾਈ ਮੈਨੂੰ, ਉਹ ਵੀ ਵਲੌਗਿੰਗ ਕਰਦਾ। ਉਹ ਬਾਈ ਨੇ ਮੈਨੂੰ ਕਿਹਾ, ਬਾਈ ਕਹਿੰਦਾ ਵੀ ਥੋੜ੍ਹਾ ਜਿਹਾ ਪੋਜ਼ੀਟਿਵ ਰਿਹਾ ਕਰ ਯੂਟਿਊਬ ਨੂੰ ਲੈ ਕੇ। ਪੋਜ਼ੀਟਿਵ ਕਹਿਣ ਦਾ ਮਤਲਬ ਵੀ ਐਂ ਵੀ ਪਾਈ ਜਾਇਆ ਕਰ ਵਲੌਗ ਵਲੂਗ, ਅਤੇ ਜਦੋਂ ਮੈਂ ਵਲੌਗ ਪਾਉਂਦਾ ਵਾ ਫਿਰ ਮੈਂ ਦੱਸਣ ਲੱਗ ਜਾਂਦਾ ਵੀ ਵਲੌਗ ਕਾਹਤੋਂ ਨਹੀਂ ਪਾਇਆ, ਹੈ ਨਾ। ਉਹ ਬਾਈ ਦੇ ਕਹਿਣ ਦਾ ਮਤਲਬ ਐਂ ਸੀ ਵੀ ਤੂੰ ਸਿੱਟੀ ਆਇਆ ਕਰ, ਅਤੇ ਮੈਂ ਉਹ ਚਲੋ ਬਾਈ ਨੂੰ ਤਾਂ ਨਹੀਂ ਕਿਹਾ, ਪਰ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ ਵੀ ਮੈਂ ਨਾ ਬਾਈ ਜੀ ਯੂਟਿਊਬ ਨੂੰ ਇਨਕਮ ਦਾ ਸੋਰਸ ਲੈ ਕੇ ਨਹੀਂ ਚੱਲਦਾ। ਯੂਟਿਊਬ ਬਸ ਮੈਂ ਆਪਦੇ ਸ਼ੌਂਕ ਜਿਹੇ ਨੂੰ ਵੀ ਬਸ, ਯੂਟਿਊਬ ਚੀਜ਼ ਵੀ ਵਧੀਆ ਆਉਂ ਤਾਂ ਵੀ ਜਾਣ ਪਛਾਣ ਹੋ ਜਾਂਦੀ ਹੈ ਨਾ ਬੰਦੇ ਦੀ। ਹੁਣ ਮੈਨੂੰ ਪੰਪਾਂ ਦੇ ਜਾਂ ਤੁਰੇ ਫਿਰਦੇ ਨੂੰ ਕਈ ਵਾਰੀ ਬੰਦੇ ਪਛਾਣ ਲੈਂਦੇ ਆ, ਉਦੋਂ ਵਧੀਆ ਲੱਗਦਾ। ਪਰ ਮੈਂ ਯੂਟਿਊਬ ਨੂੰ ਐਂ ਨਹੀਂ ਲੈ ਕੇ ਚੱਲਦਾ ਵੀ ਮੈਨੂੰ ਯੂਟਿਊਬ ਤੋਂ ਪੈਸੇ ਆਉਣੇ ਆ ਅਤੇ ਮੈਂ ਕੰਟੈਂਟ ਬਣਾਵਾਂ ਯੂਟਿਊਬ ਵਾਸਤੇ, ਹੈ ਨਾ, ਵੀ ਮੈਂ ਆਪਦਾ ਕੰਮ ਮੈਂ ਹੋਰ ਪਾਸੇ ਸੈੱਟ ਕਰ ਰਿਹਾ, ਹੈ ਨਾ,
ਮੈਂ ਟਰੈਕਿੰਗ ਚੋਂ ਜਾਂ ਹੋਰ ਪਾਸੇ ਆਪਦੇ ਪੰਗੇ ਲੈਂਦਾ ਵਾ ਵੀ ਮੈਨੂੰ ਆਇਆ ਵੀ ਮੈਂ ਪੈਸੇ ਉੱਧਰੋਂ ਕਮਾਉਣੇ ਆ ਤੇ ਉਹ ਟਾਈਮ ਵੀ ਤਾਂ ਕਰਕੇ ਫਿਰ ਪੈਸਾ ਤੁਹਾਨੂੰ ਪਤਾ ਚਾਹੀਦਾ ਬਾਈ ਜੀ ਹਨਾ ਕੰਮ ਧੰਦਾ ਕਰਨਾ ਹੁੰਦਾ ਵੀ ਜੇ ਮੈਂ ਇੱਧਰੋਂ ਪੈਸੇ ਕਮਾਉਣੇ ਹੋਣ ਫਿਰ ਮੈਂ ਇੱਧਰ ਨੂੰ ਟਾਈਮ ਵੱਧ ਦੇਵਾਂ ਵੀ ਮੈਂ ਹੋ ਸਕਦਾ ਮੈਂ ਵੀ ਗਲਤ ਹੀ ਹੋਵਾਂ ਵੀ ਇੱਧਰੋਂ ਮੈਨੂੰ ਬਾਹਲੇ ਹੋ ਸਕਦਾ ਵਧੀਆ ਪੈਸੇ ਬਣਿਆ ਕਰਨ ਯੂਟਿਊਬ ਤੋਂ ਪਰ ਮੈਨੂੰ ਐਂ ਲੱਗਦਾ ਵੀ ਟਰੈਕਿੰਗ ਦੇ ਵਲੋਗਾਂ ਤੋਂ ਨਹੀਂ ਘਰ ਚੱਲ ਸਕਦਾ ਵੀ ਉਹ ਆਪਦਾ ਸ਼ੌਂਕ ਜਿਹਨੂੰ ਕਰੀ ਜਾਈਦੀ ਆ ਪਰ ਹੁਣ ਅਸੀਂ ਚੱਲੇ ਆ ਡੀਜੇ ਵਾਲਾ ਕੰਮ ਕਰਨ ਤੇ ਡੀਜੇ ਵਾਲਾ ਵਲੌਗ ਬਣਾਉਂਦੇ ਹਾਂ ਵਿੱਚ ਟ੍ਰੇਲਰ ਪਾਇਆ ਵਾ ਯੂ ਫੁੱਲ ਦਾ ਅਸੀਂ ਲੱਦਿਆ ਵਾ ਫੁੱਲ ਪਿੱਕੇ ਦਾ ਡੱਟ ਪਈ ਜਾਂਦਾ ਪੂਰਾ ਨਹੀਂ ਵੈਸੇ ਠੀਕ ਆ ਪਰ ਪਈ ਜਾਂਦਾ ਮਾੜਾ ਜਿਹਾ ਆ ਪੰਡਿਤ ਜੀ ਬੈਠੇ ਤਿਆਰ ਹੋਏ ਪੂਰੇ ਐਨਕਾਂ ਲਾਈਆਂ ਕਾਲੀਆਂ ਪਿੱਛੇ ਖਾਲਸਾ ਜੀ ਬੈਠੇ ਆ ਆ ਪਿੱਛੇ ਸਾਡੇ ਟਿਪ ਟੋਪ ਤਿਆਰੀ ਸਾਡੀ ਫੁੱਲ ਆ ਤੇ ਅਸੀਂ ਹੁਣ ਤੁਹਾਨੂੰ ਚੱਲ ਕੇ ਉੱਥੇ ਦਿਖਾਉਂਦੇ ਹਾਂ ਤੇ ਕੀ ਤੇ ਕੀ ਪਿਆ ਕੀ ਤੇ ਕੀ ਇਹ ਵਿਆਹ ਹੈਗਾ ਬਾਈ ਜੀ ਗੋਰਿਆਂ ਦਾ ਜੀ ਸ਼ਹਿਰ ਤੋਂ ਬਾਹਰ ਹੈਗਾ 40-45 ਮਿੰਟ 50 ਕੁ ਮਿੰਟ ਦੀ ਡਰਾਈਵ ਉੱਤੇ ਤੇ 12 ਵਜੇ ਤੋਂ ਸੈਟਅਪ ਕਰਨਾ 10 ਵਜੇ ਕੀਤੇ ਅਸੀਂ ਬਾਹਰ 10 ਕੁ ਮਿੰਟਾਂ 'ਚ ਪਹੁੰਚ ਜਾਣਾ ਟਾਈਮ ਥੋੜ੍ਹਾ ਜਿਹਾ ਖਿੱਚ ਮੈਂ ਅਸੀਂ ਪਕੌੜੇ ਪਕੌੜੇ ਖਾਣ ਲੱਗ ਗਏ ਲੇਟ ਕੌਣ ਇਹ ਸਿਰਾ ਗਰਾ ਦਿੱਤਾ ਗੋਭੀ ਵਾਲੇ ਪਕੌੜੇ ਬਈ ਵਾਲੇ ਪਕੌੜੇ ਵੀਰ ਜੀ ਗੋਭੀ ਵਾਲੇ ਆਪਣੇ ਲੋਟ ਵੀ ਆਪਣੇ ਸਾਨੂੰ ਤਾਂ ਪਤਾ ਵੀ ਨੀ ਲੱਗਦਾ ਹੈ ਕੀ ਆ ਕਿੱਟਾ ਬੱਚਾ ਕੀ ਆ ਪਤਾ ਲੱਗਦਾ ਕਿਹੜੀ ਤਾਂ ਕਰਕੇ ਫਿਰ ਅਸੀਂ ਆਪਣਾ ਤਿਆਰੀ ਕਰੀਏ ਫਿਰ ਤੇ ਹੁਣ ਉੱਥੇ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਫਿਰ ਸਾਰਾ ਕੁਝ ਆਪਣੇ 2-2 ਘੰਟਿਆਂ ਦੇ ਹਿਸਾਬ ਨਾਲ ਤਾਂ ਉਹ 20 ਮਿੰਟ ਦੇ ਵਿੱਚ ਪਾ ਦੇ ਸਤਿ ਸ੍ਰੀ ਅਕਾਲ ਉਹ ਮੈਂ ਟਰੱਕ ਵਾਲੇ ਦਾ ਵੀ ਦੱਸ ਦਿੰਦਾ ਲੋਡ ਮੈਂ ਲਾਹਦਾ ਸੀਗਾ ਲੰਬਰ ਜਿਹੜੀ ਸੀਗੀ ਉਹ ਲਾਹਦੀ ਸੀ ਉਦੋਂ ਬਾਅਦ ਚੋਂ ਮੈਂ ਓਕਲਾਹਾਮਾ ਤੋਂ ਚੱਕ ਕੇ ਤੇ ਕੱਲ ਅੱਜ ਸਵੇਰੇ ਆ ਗਏ ਸੀਗੇ ਤੇ ਹੁਣ ਅਸੀਂ ਜਾ ਨਹੀਂ ਤੇ ਮੈਨੂੰ ਹੁਣ ਤੋਂ ਕਿਤੇ ਮੰਡੇ ਨਿਕਲੇਗਾ ਨਹੀਂ ਹੁਣ ਟਿਊਜ਼ਡੇ 'ਚ ਮੰਡੇ ਲੌਂਗ ਵੀਕਐਂਡ ਆ ਮੈਂ ਮੰਡੇ ਜਾਊਂਗਾ ਮੇਰੀ ਟਿਊਜ਼ਡੇ ਦੀ ਸਤਿ ਸ਼੍ਰੀ ਅਕਾਲ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੜਦਾ ਪਰਫੈਕਟ ਬ੍ਰੋ ਸਹੀ ਹੈ
ਚੱਲ ਬਾਬੇ ਸਹੀ ਆ, ਇੱਧਰ ਜਾਣ ਫਿਰ ਆ ਜਾਣਾ, ਵਧੀਆ ਆ ਜਾਣਾ 16x16. ਅੱਛਾ ਇੱਦਾਂ ਇੱਦਾਂ ਆਊਗਾ ਹੈ ਨਾ? All right. You were rushing doing something else. Yeah. And I'm butting it right up to the door. Yeah. ਹਾਂ ਕੀ ਕਹਿਣਾ ਚਾਹੁੰਦੇ ਬਾਈ ਜੀ? ਕੰਮ ਕਰਨਾ ਸਫਾਈ ਨਾ, ਫਿਨਿਸ਼ਿੰਗ ਐਨ ਵਧੀਆ ਹੋਣੀ ਚਾਹੀਦੀ. ਪਕੌੜੇ ਖਾਣ ਲੱਗੇ ਆ. ਸਾਡੀ ਰੋਟੀ ਵੈਸੇ ਆਉਂਦੀ ਸੀਗੀ ਪਰ ਰੋਟੀ ਵਾਲੇ ਬੰਦੇ ਲੇਟ ਹੋ ਗਏ. ਜਿਵੇਂ ਖੇਤ ਰੋਟੀ ਆਉਂਦੀ ਹੁੰਦੀ ਉਵੇਂ ਰੋਟੀ ਆਊਗੀ. ਪਕੌੜੇ ਤਾਂ ਗਿੱਲੇ ਹੋ ਗਏ, ਗਿੱਲੇ ਆ ਲਫਾਫਾ ਹੀ ਹੋਇਆ ਉੱਪਰਲਾ. ਮੋਇਸਚਰ ਨਾ ਖੋਲਿਆ ਚੱਕੀ ਸਮਾਨ ਦੇ. ਮੋਇਸਚਰ ਸੈਟਅਪ ਤੁਹਾਨੂੰ ਦਿਖਾਉਂਦੇ ਹਾਂ ਬਾਈ ਜੀ. ਮਾੜਾ ਜਿਹਾ ਹਨੇਰਾ ਹੋ ਜਾਵੇ, ਫਲੋਰ ਲਾਇਆ ਵਾ, ਡੀਜੇ ਬੂਥ ਲਾਇਆ ਵਾ, ਤੇ ਸੋਹਣਾ ਮਾਹੌਲ ਬਣ ਗਿਆ. ਰਾਤ ਨੂੰ ਹੁਣ ਬਸ ਉਹ ਹੋ ਜਾਵੇ, ਜਦੋਂ ਹਨੇਰਾ ਜਿਹਾ ਹੋ ਗਿਆ ਨਾ ਫੇਰ ਹੋਊਗਾ. ਬਾਹਰ ਪ੍ਰੋਗਰਾਮ ਕਰਨ ਦਾ ਫਾਇਦਾ ਵੀ ਆ ਵੈਸੇ, ਵੀ ਸੋਹਣਾ ਜਿਹਾ ਮਾਹੌਲ ਆ, ਡਿਫਰੈਂਟ ਜਿਹਾ. ਪਰ ਨੁਕਸਾਨ ਵੀ ਆ, ਹਵਾ ਆਉਂਦੀ ਆ ਤੇ ਉਹਨਾਂ ਦੇ ਮੇਜ਼ ਮੂਜ਼ ਹੀ ਉੱਡ ਜਾਂਦੇ ਆ, ਟੇਬਲ ਟੇਬਲ ਤਾਂ ਉਹਨਾਂ ਦਾ ਟੁੱਟੀ ਗਿਆ ਗਲਾਸ ਤਾਂ, ਉਹ ਤਾਂ ਪਿਆ ਸੀ, ਉਹ ਸਾਰਾ ਡਿੱਗ ਗਿਆ. ਹਵਾ ਹਵਾ ਚੱਲ ਰਹੀ ਆ ਵੈਸੇ, ਸੋਹਣੀ ਆ ਹਵਾ, ਵਧੀਆ ਵੈਸੇ ਹਵਾ ਚੱਲਦੀ. ਬਾਬੇ ਜੀ ਹਵਾ ਨਾ ਚੱਲਦੀ ਹੁੰਦੀ, ਗਰਮੀ ਬਹੁਣੀ ਸੀ ਸੂਰਜ ਦੇ, ਸਟਿਲ ਗਰਮੀ ਆ ਹਜੇ ਵੀ ਲੱਗਦੀ ਆ. ਹਾਂ ਹਵਾ ਕਰਕੇ ਚੱਲੀ ਜਾਂਦਾ, ਪਰ ਰਾਤ ਨੂੰ ਵਧੀਆ ਹੋ ਜਾਊਗਾ ਮਾਹੌਲ. ਰਾਤ ਨੂੰ ਮਾਹੌਲ ਕੁਛ ਆਪਾਂ ਉਹਦੇ ਥੱਲੇ ਨਾ, ਉਹ ਸਾਰੀ ਉਹਦੀ ਛੱਤ ਜੀ ਜਿੱਦਾਂ ਪਲਾਸਟਿਕ ਚਾਹੀਦੀ ਆ ਨਾ, ਤਾਂ ਥੱਲੇ ਗਰਮੀ ਵੀ ਲੱਗਦੀ, ਜਿੱਦਾਂ ਆਪਣੇ ਆਪਣੇ ਉਹਦੇ ਟੀਨਾ ਥੱਲੇ ਗਰਮੀ ਲੱਗਦੀ ਹੁੰਦੀ ਆ, ਉਹ ਚੀਜ਼ ਆ, ਉਹਦੇ ਕਰਕੇ ਇੱਦਾਂ ਆ. 2:59 ਹੋ ਗਿਆ ਤੇ ਆਪਾਂ ਇੱਥੇ ਪਹੁੰਚੇ ਸੀਗੇ, ਮੈਨੂੰ ਲੱਗਦਾ 10:30 ਵਜੇ, 10:30 ਅਸੀਂ ਲੱਗੇ ਰਹੇ ਹੌਲੀ ਹੌਲੀ ਕਰਨ, ਤੇ ਨਵੇੜ ਕੇ ਆ ਕੇ ਬੈਠੇ ਆ, ਖਾਣ ਪੀਣ ਲੱਗੇ ਆ. ਮਕਾ ਤਾਂ ਪਹਿਲਾਂ ਵੀ ਸਕਦੇ ਸੀ, ਹੌਲੀ ਹੌਲੀ ਲੱਗੇ ਰਹੇ, ਸਵਾਦ ਜਿਹਾ ਲਈ ਗਿਆ ਉਹਦਾ. ਤੇ ਹੁਣ ਦਿਖਾਉਂਦੇ ਤੁਹਾਨੂੰ, ਫਿਰ ਅਸੀਂ ਆਪ ਵੀ ਤਿਆਰ ਤਿਆਰ ਹੋ ਜਾਈਏ ਨਾਲੇ. ਮੈਂ ਤਾਂ ਗੋਭੀ ਵਾਲੇ ਖਾਊਂਗਾ ਯਾਰ. ਗੋਭੀ ਵਾਲੇ ਮੌਕੇ ਨਹੀਂ ਗਏ, ਇੱਕ ਹੀ ਆ ਖਾਣਾ. ਮੈਂ ਵੇਖ ਲਾ, ਬਹੁਤ ਸਵਾਦ ਆ, ਦੇਣਾ ਵੀ ਨਹੀਂ ਮੈਂ. ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ. ਸਮਾਨ ਅਸੀਂ ਲੱਭ ਲਿਆ, ਅੱਜ ਆਪਾਂ ਜਾਣਾ ਸਿਟੀ ਤੋਂ ਬਾਹਰ. ਤੇ ਇੱਕ ਵਾਰ ਇੱਧਰ ਦਿਖਾ ਦੇ, ਹਜੇ ਇੰਨਾ ਹੀ ਸਮਾਨ ਸਾਡਾ ਹੋਰ ਰਹਿਣਾ ਆ. ਆਹ ਦੇਖੋ ਕਹਿੰਦੇ ਜੀ ਤਿਆਰ ਹੋ ਰਿਹਾ ਕੰਮ. ਚਲੋ ਲਾਓ ਬਾਬੇ ਜੀ ਸਾਈਡ ਤੇ,
ਚਾਹ ਵਾ ਭਰਾਵਾ ਸਮਾਨ ਲੱਦ ਕੇ ਤੁਰ ਪਏ ਬਾਈ ਜੀ ਅਸੀਂ ਵਿਨੀਪੈਗ ਤੋਂ 40-50 ਮਿੰਟ ਦੀ ਡਰਾਈਵ ਤੇ ਸੀਗਾ ਵਿਆਹ ਬਣਤਾ ਕੀ ਹੁੰਦੀ ਜੰਗਲਾਂ ਜਿਹਾਂ ਦੇ ਵਿੱਚ ਜਾ ਕੇ ਸੀਗਾ ਮੈਨਿਊ ਸੋਹਣਾ ਸੀਗਾ ਮੈਨਿਊ ਛੋਟਾ ਜਿਹਾ ਸਮਾਨ ਅਸੀਂ ਲਾ ਲਿਆ ਡਾਂਸ ਫਲੋਰ ਦੀ ਵਾਇਰਿੰਗ ਕਰੀ ਜਾਂਦੇ ਹਾਂ ਆਹ ਡਾਂਸ ਫਲੋਰ ਵਾਸਤੇ ਅਸੀਂ ਨਵੀਂ ਬਣਾਈ ਸੀ ਬੋਕਸ ਜਾਂ ਪਰਲੇ ਪਾਸੇ ਲੱਕੜ ਦਾ ਅੱਗੇ ਤਾਰਾਂ ਡਾਂਸ ਫਲੋਰ ਦੀਆਂ ਬਾਹਰ ਹੀ ਖਿਲਰੀਆਂ ਰਹਿੰਦੀਆਂ ਸੀਗੀਆਂ ਅਤੇ ਆਹੀ ਵੱਡਾ ਕੰਮ ਹੁੰਦਾ ਡਾਂਸ ਫਲੋਰ ਇੰਸਟਾਲ ਕਰਨ ਵਾਲਾ ਭਾਰਾ ਕੰਮ ਆਹੀ ਹੁੰਦਾ ਆਹ ਅਸੀਂ ਨਵੀਂ ਚੀਜ਼ ਐਡ ਕੀਤੀ ਆ ਫੋਟੋ ਬੂਥ 'ਚ ਨਹੀਂ ਤਾਂ ਸਾਰੇ ਇਹਦੇ ਵਿੱਚ ਆ ਕੇ ਵੱਜਦੇ ਰਹਿੰਦੇ ਸੀ ਫੋਟੋ ਬੂਥ 'ਤੇ ਜਦੋਂ ਉਹ ਘੁੰਮਦਾ ਸੀ ਹਰੇਕ ਵਾਰੀ ਡਾਂਸ ਫਲੋਰ ਸਾਫ਼ ਕਰ ਦੇਈ ਤਾਂ ਬਾਈ ਜੀ ਬਾਅਦ 'ਚੋਂ ਕਿਉਂਕਿ ਪਿਛਲੇ ਵਾਰੀ ਦਾ ਗੰਦਾ ਹੋਇਆ ਹੁੰਦਾ ਚਾਰ ਪਏ ਆ ਉਹ ਕੋਲਡ ਸਪਾਰਕਲ ਆਹ ਲੋ ਲਿੰਗ ਫੋਗ ਆ ਚੈੱਕ ਕਰਦੇ ਹਾਂ ਅਸੀਂ ਵੀ ਤਰਨਾ ਸਰ ਸੈਟਅਪ ਰੈਡੀ ਕਰਕੇ ਅਸੀਂ ਆਪ ਤਿਆਰ ਤਿਉਰ ਹੋ ਗਏ ਅਤੇ ਉਦੋਂ ਬਾਅਦ 'ਚ ਜਦੋਂ ਨੂੰ ਅਸੀਂ ਪਹੁੰਚੇ ਉਦੋਂ ਨੂੰ ਤਾਂ ਮਾਹੌਲ ਪੂਰਾ ਭਖਿਆ ਪਿਆ ਸੀ ਸਾਰੇ ਉਹਨਾਂ ਦੇ ਗੈਸਟ ਆ ਗਏ ਸੀਗੇ ਅਤੇ ਡੀ ਜੇ ਵਾਲਾ ਵੀ ਆਪਦੇ ਕਰਤੱਬ ਜੇ ਦਿਖਾਉਣ ਲੱਗ ਗਿਆ ਸੀਗਾ ਮਾੜੇ ਮਾੜੇ ਉਹ ਖੜਾ ਡੀ ਜੇ ਵਾਲਾ ਇੱਥੇ ਬਹੁਤ ਰੌਣਕ ਲੱਗਦੀ ਬਾਈ ਜੀ ਫਿਰ ਕਿਉਂਕਿ ਕਈਆਂ ਵਾਸਤੇ ਨਵੀਂ ਚੀਜ਼ ਹੁੰਦੀ ਹੈ ਅਤੇ ਆਹ ਦੇਖੋ ਹੁਣ ਸਾਈਡਾਂ 'ਤੇ ਪਏ ਕਰਕੇ ਨਾ ਉਹ ਜਿਹੜੇ ਆਪਾਂ ਲਾਏ ਸੀ ਸਟੈਂਡ ਜੀ ਉਹਨਾਂ ਨਾਲ ਉਹਨਾਂ ਕਰਕੇ ਸਾਰੇ ਦੂਰ ਦੂਰ ਹੀ ਰਹਿੰਦੇ ਸੀਗੇ ਉਹ ਜਦੋਂ ਘੁੰਮਦਾ ਸੀ ਉਹਦੇ ਨੇੜੇ ਨਹੀਂ ਸੀ ਕੋਈ ਆਉਂਦਾ ਆਹ ਟੈਂਟ ਲੱਗਿਆ ਸੀਗਾ ਅੰਦਰ ਟੈਂਟ ਦੇ ਡਾਂਸ ਫਲੋਰ ਵਗੈਰਾ ਅਤੇ ਨੱਚਣ ਟੱਪਣ ਵਾਲਾ ਜਗਾੜ ਸੀਗਾ ਅਤੇ ਬਾਹਰ ਸਾਰੇ ਬੰਦੇ ਖੜ੍ਹੇ ਆ ਉੱਦਾਂ ਇੰਜੋਏ ਕਰ ਰਹੇ ਅਤੇ ਇੱਧਰ ਇੱਕ ਸਾਈਡ 'ਤੇ ਫੋਟੋ ਬੂਥ ਲੱਗਿਆ ਹੋਇਆ ਸੀ ਉਹਦੇ ਵਾਸਤੇ ਤਾਂ ਲੈਣ ਹੀ ਲੱਗ ਜਾਂਦੀ ਆ ਉਹ ਸ਼ੋਰ ਲੱਛਣ ਕਰ ਰਿਹਾ ਪੂਰੇ ਆਹ ਡੀ ਜੇ ਬੂਥ ਲੱਗਿਆ ਸੀਗਾ ਲਾਈਟਾਂ ਲੱਗੀਆਂ ਸੀਗੀਆਂ ਉੱਪਰ ਉਹਦੇ ਅਤੇ ਚਲੋ ਦੇਖੋ ਤੁਸੀਂ ਬਾਈ ਜੀ ਪਾਰਟੀ 'ਤੇ ਆਪਾਂ ਫਿਰ ਅਗਲੀ ਵਾਰੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਵੱਜ ਗਏ ਰਾਤ ਦੇ ਅਤੇ ਹੁਣ ਅਸੀਂ ਟ੍ਰੇਲਰ ਲੱਦ ਕੇ ਨਿਕਲੇ ਹਾਂ ਹਜੇ ਪਈ ਤਾਂ ਹੀ ਆ ਹਜੇ ਰੋਡ 'ਤੇ ਚੜ੍ਹੇ ਨਹੀਂ 3 ਵਜੇ ਘਰੇ ਪਹੁੰਚਾਂਗੇ ਅਤੇ 45-50 ਮਿੰਟ ਡਰਾਈਵ ਜਾਣ ਦੀ ਆ 3 ਵਜਣੇ ਘਰੇ ਜਾਂਦਿਆਂ ਨੂੰ ਸਮਾਨ ਨਹੀਂ ਅਸੀਂ ਲਾਉਣਾ ਸਾਰਾ ਟ੍ਰੇਲਰ ਆਈ ਛੱਡ ਦੇਣਾ ਸਵੇਰੇ ਵੇਖਾਂਗੇ ਹੁਣ ਜਾ ਕੇ ਸੌਵਾਂਗੇ ਹੁਣ ਸੌਵਾਂ ਚਲੋ ਸਤਿ ਸ਼੍ਰੀ ਅਕਾਲ ਬਾਈ ਜੀ ਅਗਲੀ ਵਾਰੀ ਮੈਂ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਹਨੇਰੇ 'ਚ ਹੁਣ ਸਤਿ ਸ਼੍ਰੀ ਅਕਾਲ ਆਈ ਸਾਡੀ ਕਬੂਲ ਕਰ ਲਓ ਹੱਥ ਸਾਡੇ ਜੋੜੇ ਹੋਏ ਆ ਓਕੇ ਓਕੇ ਬਾਏ